ਜਿਹੜਾ ਇਹ ਚੈਨਲ ਬੰਦ ਕਰਾਇਆ ਨਾ, ਕੋਸ਼ਿਸ਼ ਕਰਨੀ ਕਿ ਜਿੰਨੇ ਸਾਰੇ ਇਕੱਠੇ ਹੋ ਕੇ ਪ੍ਰੈਸ਼ਰਾਈਜ਼ ਕਰਕੇ ਤੋਂ ਚੈਨਲ ਚਲਵਾਈਏ। मैं उत्तर कर देना ਪਹਿਲੀ ਫੜੋਗੇ ਤੁਮ ਆਓ ਤੁਮ ਫੜਾ ਕੇ ਹੈਲੋ ਕੈਮਰੇ ਅੱਗੇ ਨਹੀਂ ਲੱਗਦਾ ਹਾਰੋਂ ਘੁਮਾ ਕੇ ਸਤਿ ਸ੍ਰੀ ਅਕਾਲ ਪਾਸ਼ਾ ਨੇ ਅੱਜ ਬੜੀ ਬਖਸ਼ਿਸ਼ ਕੀਤੀ ਹੈ ਕਿ ਗੁਰੂ ਰਾਮਦਾਸ ਜੀ ਦੇ ਇਸ ਪੱਤਰ ਕਰਦੇ ਸੀ ਆਸ਼ਿਕ ਕਰਕੇ ਪੰਛੀ ਦੇ ਬਹੁਤ ਸਾਰੇ ਜਿਹੜੇ ਸੀ ਇੱਥੇ ਸਾਡੇ ਦਾ ਸ਼ੁਭਮ ਲੈਣ ਦੀ ਪਹੁੰਚੀ ਸਾਨੂੰ ਅੱਜ ਉਹਨਾਂ ਦੇ ਦਰਸ਼ਨ ਕਰਦੇ ਹੋਏ ਨੇ ਠੀਕ ਹੈ ਲਾਈ ਜਾਓ ਜੀ ਜਿਨ੍ਹਾਂ ਨੂੰ ਕੋਈ ਸਾਰੀ ਦੁਨੀਆ ਜਾਣਦੀ ਹੈ पूरे हिंदुस्तान तहलका मचिया पाया और फार्मास्यूटिकल कंपनियां जड़िया ने चिंता के अस्पत पे ये की कर दिता सिख वेलफेयर काउंसिल और बहुत वधिया काम कर रहे हैं। अज साडे लिए माण वाली गल है कि गुरु नानक नंबर सेवा सोसायटी इंटरनेशनल कनेडा तो साड़ी संस्था है। अज असी 25,000 रुपये की कुछ की भेटा इस सिख वेलफेयर काउंसिल के हवाले कर रहे हैं ताकि फिर काम कर रहे हैं क्योंकि इन्हें पंजाब बीमार कर दिता इन्हों बीमार मानसिकता वाले साडे लीडर तो अज बहुत लोड़ है उन्होंने दवाइया की दवाइया के लंगर की तो ये बहुत बड़ा काम कर रहे हैं बिल्कुल जैन्यून रेट के उत्ते गोरमेंटली भाई साहब वाली गल करेंगे भाई साहब बीमार हिंदू का पाकिस्तान वाले भाई साहब बड़ा पचहत्तर ये जिम्मे कहते हैं कि चढ़ते पानी में जाने वाला काम किया चुप करके कोई बारगेनिंग नहीं करता कोई गरीब या चाहे अमीर है किन्ने पैसे जी आ 10,000 बन गया दवाइया का आई 5,000 का टीका है आ 2,500 का टीका है। हाँ जी तो ये कोई बारगेनिंग नहीं करते बावजूद ਤੁਸੀਂ 100 ਰੁਪਏ ਵਾਲੀ ਦਵਾਈ 8 ਰੁਪਏ ਦੀ ਦੇ ਰਹੇ ਹੋ ਇਹ ਕੀ ਕਿੱਦਾਂ ਪੋਸੀਬਲ ਹੈ ਭਾਈ ਗੱਲ ਹੈ ਜੀ ਗੁਰੂ ਨਾਨਕ ਸਾਹਿਬ ਦੀ 13-13 ਅਲੱਗ ਸੰਦੇਸ਼ ਸੀ ਅਸੀਂ ਤਾਂ ਸਿਰਫ ਯਤਨ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੇ ਦਿੱਤੇ ਸੰਦੇਸ਼ ਤੇ ਪੈਰਾਂ ਹੋਈ ਸੋ ਜਿਹੜੀ ਗੱਲ ਦਵਾਈਆਂ ਦੀ ਤੁਸੀਂ ਕਿਸੇ ਵੀ ਕਿੱਦਾਂ ਪੋਸੀਬਲ ਹੈ ਇਹ ਬਾਬੇ ਨਾਨਕ ਦਾ ਪਤਾ ਹੈ ਇੱਥੇ ਕਿਸੇ ਗੱਲ ਦੀ ਕਮੀ ਨਹੀਂ ਔਰ ਸੱਚ ਜਾਣਿਓ ਅੱਜ ਪੰਜਾਬ ਤਾਂ ਸਾਡਾ ਵੈਸੇ ਹੀ ਬਹੁਤ ਅਮੀਰ ਹੈ ਗੁਰੂਆਂ ਪੀਰਾਂ ਦੀ ਸਾਡਿਆਂ ਦੀ सिर्फ गल यह है कि इतने सब कुछ हैगा पर एक चीज़ नहीं वो है जी वीर साढ़े ड्रग स्टोर चलाने वाले वीर की नीयत के हेर फेर आया क्योंकि दवाई कंपनिया ने ऐसा गल् उन्होंने सामने रखती हैं ऐसा गुजिया भेद उन्होंने देते हैं हूँ 10 रुपए वाली चीज़ में 150 रुपए रेट ला दोगे तो लालच की नहीं आ अच पता की है साढ़े लोगों दिन जमीन योजना बढ़ रही हर बंदा बेरोजगार हर बंदे का काम नहीं चल रहा हूँ तो वैसे महामारी फैली है तो हर बंदा सोचता भी 4 पैसे जोड़ लव पर मैं यही कहता भी लोग हर बंदा यह कहता भी यार अज महामारी है कल पता नहीं किहड़ा वेला आ जाना मेरे से कि यार 4 पैसे जोड़ लव बाल जवाक जिहड़े ने मेरी रोटी तो मुखाज ना पर जिहड़ा यह मुद्दा है ਇਹ ਦਵਾਈਆਂ ਦਾ ਮੁੱਦਾ ਇਹ ਮਹਾਮਾਰੀ 'ਚ ਤਾਂ ਚਲੋ ਸੇਵਾ ਕਰਨ ਨੂੰ ਗੁਰੂ ਰਾਮਦਾਸ ਨੇ ਦਿੱਤੀ ਨਾ ਸਾਨੂੰ ਪਰ ਇਹ ਜਿਹੜਾ ਲੁੱਟ ਖਸੋਟ ਵਾਲਾ ਮੁੱਦਾ ਇਹ ਅੱਜ ਥੋੜ੍ਹਾ ਚੱਲਿਆ ਇਹ ਕਿਸਾਨਾਂ ਮੱਦੀ ਚੱਲਦਾ ਆ ਰਿਹਾ ਸਭ ਤੋਂ ਵੱਡੀ ਗੱਲ ਆ ਜਿਹੜੇ ਅੱਜ ਇਸ ਗੱਲ ਦੀ ਮੁਖਾਲਫਤ ਕਰਦੇ ਆ ਵੀ ਇਹ ਝੂਠ ਬੋਲਦੇ ਆ ਜੀ ਇਹ ਜੈਨਰਿਕ ਦਵਾਈਆਂ ਦੇ ਰਹੇ ਆ ਜੀ ਐਥੀਕਲ ਨਹੀਂ ਦੇ ਰਹੇ ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ ਜੇ ਸਾਨੂੰ ਨਹੀਂ ਪਤਾ ਵੀ ਜੈਨਰਿਕ ਕੀ ਹੈ ਅਤੇ ਐਥੀਕਲ ਕੀ ਤੁਹਾਨੂੰ ਤਾਂ ਪਤਾ ਨਾ ਕਿਹਦਾ ਜ਼ਮੀਰ ਅੱਜ ਤੱਕ ਜਾਗਿਆ ਜਿਹਨੇ ਇਹ ਗੱਲ ਲਾਈਵ 'ਤੇ ਆ ਕੇ ਜਾਂ ਚੈਨਲ ਦੇ ਥਰੂ ਜਾਂ ਅਖਬਾਰ 'ਚ ਕੱਢੀ ਹੋਵੇ ਉਹ ਭਾਊ ਇਹ 10 ਵਾਲੀ ਦਵਾਈ ਹੈ ਜਿਹੜੀ 100 ਚ ਵਿਕ ਰਹੀ ਹੈ ਕਿਸੇ ਨੇ ਕੱਢੀ ਹੈ ਤੇ ਜੇ ਅੱਜ ਗੁਰੂ ਨਾਨਕ ਮੋਦੀ ਖਾਨੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਿੱਖ ਵੈਲਫੇਅਰ ਕਾਉਂਸਲ ਦੀ ਟੀਮ ਨੇ ਇਹ ਗੱਲ ਕੱਢੀ ਤੁਸੀਂ ਅੱਜ ਸਾਥ ਦੇਣ ਦੀ ਬਜਾਏ ਉਹਦੀ ਯਾਰ ਸਰਕਾਰ ਦੇ ਸਹਿਯੋਗ ਨਾਲ ਚੱਲਦੇ ਆ ਮੈਂ ਕਹਾਂ ਵੀ ਮੈਂ ਚਲਾਇਆ ਕਿਸੇ ਨੇ ਚਲਾਇਆ ਆਈਡੀਓਲੋਜੀ ਗੁਰੂ ਨਾਨਕ ਦੀ ਹੈ ਸਹਿਯੋਗ ਸੰਗਤਾਂ ਦਾ ਹੈ ਉਹਦੇ ਕਰਕੇ ਇਹ ਸਾਰਾ ਖਤਮ ਹੋਇਆ ਕਿਤੇ ਨਾ ਕਿਤੇ ਜਿਸ ਤਰ੍ਹਾਂ ਮੰਨ ਲਓ ਇੱਕ ਤੁਹਾਡਾ ਵੱਡਾ ਮੈਡੀਕਲ ਸਟੋਰ ਆ ਤੁਹਾਡੇ ਕੋਲ ਸਟਾਫ ਹੋਏਗਾ ਉੱਥੇ ਏਸੀ ਲੱਗੇ ਨੇ ਬਿਜਲੀ ਦੇ ਖਰਚੇ ਨੇ ਕੀ ਇਹ ਪੋਸੀਬਲ ਆ ਕਿ ਉਹ 8 ਰੁਪਏ ਦੀ 100 ਰੁਪਏ ਵਾਲੀ ਜਿਹੜੀ ਪੈਣੀ ਚੱਲਿਆ 8 ਰੁਪਏ ਵਾਲੀ ਦੇ ਕੇ ਬਸ ਖਰਚੇ ਨੂੰ ਕਵਰ ਕਰ ਲੈਂਗੇ ਵੀ ਜੀ ਸਾਡਾ ਖਰਚਾ ਤਕਰੀਬਨ 1 ਲੱਖ ਤੋਂ ਲੈ ਕੇ 1.5 ਲੱਖ ਦਾ ਮਹੀਨੇ ਦਾ
ਜਿਹੜੀਆਂ ਕਿਸਾਨੀ ਸਾਡਾ ਪੈਲੀਆਂ ਦੇ ਦੁਕਾਨ ਦਾ ਸਾਡਾ ਰੈਂਟ ਹੈ ਜਿਹੜਾ ਕਿ ਅਸੀਂ ਦੇਣਾ ਹੁੰਦਾ ਉਹ ਸਾਰਾ ਖਰਚਾ ਅਸੀਂ ਉਹਦੇ ਲਈ 125 ਪਰਿਵਾਰਾਂ ਦਾ ਗਰੁੱਪ ਬਣਾਇਆ ਜਿਹਦੇ ਵਿੱਚ ਅੱਜ ਸਾਡੇ ਗਰੁੱਪ ਦੇ ਵਿੱਚ ਤਕਰੀਬਨ 75 ਮੈਂਬਰ ਸਾਡੇ ਜੁੜ ਗਏ ਹੈ। ਇਹਨਾਂ ਸਾਰਿਆਂ ਪਰਿਵਾਰਾਂ ਤੋਂ ਅਸੀਂ ਕੇਵਲ 1000 ਰੁਪਇਆ ਮਹੀਨਾ ਦਿੱਤਾ ਜੇ ਕੋਈ 1100 ਵੀ ਜਾਵੇ ਤੁਸੀਂ ਮਨਾ ਕਰ ਕੇਵਲ 1000 ਦੀ ਰਾਸ਼ੀ ਲੈਣੀ ਹੈ ਕਿ ਕਿਸੇ ਨੂੰ ਚੁੱਪੇ ਕਿਉਂਕਿ ਇਹ ਕਿਹੜਾ ਇੱਕ ਵਾਰੀ ਲੈਣੀ ਹੈ ਕਿ ਹਰ ਮਹੀਨੇ ਚੱਲਣੀ ਹੈ। ਸੋ 1000 ਦੇ ਵਿੱਚ 75 ਪਰਿਵਾਰਾਂ ਨੂੰ ਅਸੀਂ ਜੋੜਿਆ ਸੋ 125 ਪਰਿਵਾਰ ਜੁੜ ਜਾਣਗੇ ਸਾਡੇ ਕੋਲ 1.25 ਲੱਖ ਆ ਜਾਏਗਾ ਸਾਡੇ ਕੰਮ ਚੱਲੀ ਜਾਏ ਸਾਡੇ ਕੋਲ ਕਿਰਪਾ ਕਰਨਗੇ ਮੈਨੂੰ ਲੱਗਦਾ 125 ਨਹੀਂ ਇੱਥੇ 1,25,000 ਵੀ ਜੁੜ ਜਾਣੇ ਆ ਤੁਹਾਡੇ ਨਾਲ ਜਿੰਨਾ ਵਧੀਆ ਤੁਸੀਂ ਕੰਮ ਕਰ ਰਹੇ ਹੋ ਗੁਰੂ ਸਾਹਿਬ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਔਰ ਉਹ ਮਜ਼ਬੂਰ ਉਹ ਦੁਖੀ ਲੋਕ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਜਿਨ੍ਹਾਂ ਨੂੰ ਲੁੱਟਣ ਲੱਗੇ ਇਹਨਾਂ ਨੇ ਸ਼ਰਮ ਨਹੀਂ ਕੀਤੀ ਪੰਜਾਬ ਨੂੰ ਸਾਡੇ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਬਿਮਾਰ ਮਾਨਸਿਕਤਾ ਵਾਲੇ ਲੀਡਰਾਂ ਨੇ ਇਹਨਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਕਿਉਂਕਿ ਅਸੀਂ ਵੀ ਕੁਛ ਤੁਹਾਡੇ ਵਰਗਾ ਹੀ ਕੰਮ ਕਰ ਰਹੇ ਹਾਂ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਕੀਤੀਆਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਅਸੀਂ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ ਔਰ ਉਸ ਗੱਲ ਨੂੰ ਅਸੀਂ ਹਾਈਲਾਈਟ ਕਰ ਰਹੇ ਹਾਂ ਔਰ ਸਾਡੀਆਂ ਵੀਡੀਓਜ਼ ਜਿਹੜੀਆਂ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੋਂ ਹੁੰਦੀਆਂ ਹੋਈਆਂ ਹੁਣ UNO ਤੱਕ ਵੀ ਦੇਖੀਆਂ ਜਾਂਦੀਆਂ ਮੈਨੂੰ ਪਿਛਲੇ ਦਿਨ UNO ਤੋਂ ਵੀ ਫੋਨ ਆ ਗਿਆ ਔਰ ਇੱਦਾਂ ਵਧੀਆ ਕੰਮ ਕਰ ਰਹੇ ਹੋ ਬਹੁਤ ਜਲਦ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੀ ਗਾਈਡਲਾਈਨ ਦੀ ਲੋੜ ਹੈ ਅਸੀਂ ਆਪਣੇ ਏਰੀਏ ਦੇ ਵਿੱਚ ਵੀ ਇਹ ਸਟੋਰ ਖੋਲ੍ਹਾਂਗੇ ਔਰ ਉਹਦੇ 'ਚ ਦਵਾਈਆਂ ਦੇ ਟਰੱਕ ਭਰ ਪਾਣੀ ਜਮ੍ਹਾਂ ਕਰਾਂਗੇ। ਇਸ ਤੋਂ ਵੱਡੀ ਖੁਸ਼ੀ ਸ਼ਾਇਦ ਕਿਸੇ ਨੂੰ ਨਹੀਂ ਮਿਲਦੀ। ਸਭ ਤੋਂ ਪਹਿਲੀ ਗੱਲ ਦੱਸਾਂ ਜੀ ਅੱਜ ਗੁਰੂ ਰਾਮਦਾਸ ਦੇ ਦਰ 'ਤੇ ਆਇਆ ਮੇਰੇ ਜੀਵਨ ਦਾ ਸਭ ਤੋਂ ਵੱਡਾ ਮੌਕਾ। ਜੇ ਕੋਈ ਬੰਦਾ ਮੈਨੂੰ ਪੁੱਛੇ ਵੀ ਤੇਰੀ ਜ਼ਿੰਦਗੀ ਦਾ ਉਹ ਪਲ ਜਿਹੜਾ ਤੂੰ ਯਾਦ ਕਰਨਾ ਚਾਹੁੰਦਾ ਤੂੰ ਇਹ ਚੱਲ ਕਿ ਗੁਰੂ ਰਾਮਦਾਸ ਦੇ ਦਰ 'ਤੇ ਆਇਆਂ ਨੂੰ ਕੋਈ ਮਾਣ ਦੇਵੇ ਕੋਈ ਆਇਆਂ ਨੂੰ ਜੀ ਆਇਆਂ ਨੂੰ ਆਖੇ। ਹਾਲਾਂਕਿ ਤੂੰ ਲੋੜ ਥੋੜ੍ਹਾ ਹੈ ਇੱਥੇ ਤਾਂ ਕੁਛ ਮੰਗਣ ਆਉਂਦੇ ਆ ਕੋਈ ਗੁਰੂ ਰਾਮਦਾਸ ਪਾਤਸ਼ਾਹ ਨਜ਼ਰ ਕਰ ਆਪਣੇ ਦਰੋਂ ਕਰੋ ਰਹਿਮਤ ਦੇ ਪਾਤਸ਼ਾਹੀਆਂ ਬਖਸ਼ ਸਕਦਾ ਹੈ ਇਹ ਬਹੁਤ ਕੁਛ ਬਖਸ਼ਦਾ ਹੈ ਇੱਥੇ ਆਉਂਦਿਆਂ ਨੂੰ ਸੰਗਤ ਪਿਆਰ ਕਰੇ ਅਤੇ ਸਹਿਯੋਗ ਕਰੇ ਇਸ ਤੋਂ ਵੱਡੀ ਖੁਸ਼ੀ ਦੁਨੀਆਂ 'ਚ ਕੋਈ ਨਹੀਂ ਦੇ ਸਕਦਾ। ਸੋ ਮੇਰੇ ਲਈ ਬਹੁਤ ਵੱਡਾ ਪਲ ਹੈ ਕਿ ਗੁਰੂ ਰਾਮਦਾਸ ਦੇ ਦਰ 'ਤੇ ਗੁਰਸਿੱਖਾਂ ਨੇ ਇੰਨਾ ਮਾਣ ਦਿੱਤਾ। ਮੈਂ ਧੰਨਵਾਦੀ ਹਾਂ ਸਾਰੇ ਵੀਰਾਂ ਦਾ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਵੀਰ ਇੱਥੇ ਖੜ੍ਹੇ ਆ ਮੈਂ ਇੱਕ ਗੱਲ ਕਲੀਅਰ ਕਹਿ ਦਿਆ ਤੁਹਾਡਾ ਦਿੱਤਾ ਖਾਂਦੇ ਹਾਂ ਤੁਹਾਡਾ ਦਿੱਤਾ ਪਾਉਂਦੇ ਹਾਂ ਤੁਹਾਡੀਆਂ ਅਸੀਸਾਂ ਨਾਲ ਸੇਵਾ ਚੱਲਦੀਆਂ ਨੇ ਔਰ ਗੁਰੂ ਰਾਮਦਾਸ ਕਿਰਪਾ ਕਰੇ ਜਦੋਂ ਤੱਕ ਸੱਚੇ ਪਾਤਸ਼ਾਹ ਨਜ਼ਰ ਕਰੇਗਾ ਇਹ ਸੇਵਾ ਇਸੇ ਤਰ੍ਹਾਂ ਚੱਲਦੀ ਇਹ ਹਮੇਸ਼ਾ ਸੰਗਤ ਤੁਹਾਡੇ ਨਾਲ ਹੈ ਜੀ ਕੋਸ਼ਿਸ਼ ਕਰੋ ਵੀ ਹੁਣ ਇਹ ਤੁਹਾਡੀ ਸੇਵਾ ਇਕੱਲੀ ਲੁਧਿਆਣੇ ਸ਼ਹਿਰ ਤੱਕ ਨਾ ਸੀਮਤ ਹੋ ਕੇ ਪੂਰੇ ਪੰਜਾਬ ਦੇ ਵਿੱਚ ਪੂਰੀ ਸਪਰੈਡ ਹੋ ਜਾਏ ਕਿਉਂਕਿ ਸੰਗਤਾਂ ਤੁਹਾਡੇ ਨਾਲ ਚੱਲਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਤਾਂ ਲੁੱਟਿਆ ਹੀ ਬੜੀ ਬੁਰੀ ਤਰ੍ਹਾਂ ਜਾ ਰਿਹਾ। ਇਹ ਕੰਮ ਇਹ ਸਰਕਾਰਾਂ ਕਿਉਂ ਨਹੀਂ ਇਹ ਗੱਲ ਪਾਬੰਦੀ ਲਾਉਂਦੀਆਂ ਕਿ 8 ਰੁਪਈਏ ਵਾਲੀ ਚੀਜ਼ ਨੂੰ 1.8 ਰੁਪਈਆ ਕਿਉਂ ਲਿਖਿਆ ਜਾਂਦਾ? ਇੱਧਰ ਆ ਜਾਓ। ਇਹ ਕੰਮ ਹੈ ਵੀ ਜਦੋਂ ਪਾਇਆ ਨਾ ਕੋਈ ਪਾਬੰਦੀ ਨਹੀਂ ਲੱਗੇ ਸਰਕਾਰ ਦੇ ਬਾਹਰ ਗੱਲ ਇਹ ਵੀ ਇਹਦੇ ਵਿੱਚ ਵੱਡੇ ਵੱਡੇ ਲੀਡਰਾਂ ਦੀ ਭਾਈ ਵੀ ਪਾਈ ਮੈਂ ਤਾਂ ਕਹਿਣ ਕਿਉਂਕਿ ਲੀਡਰਾਂ ਤੋਂ ਅਫਸਰ ਲੱਗਦੇ ਨੇ ਅੱਜ ਦੇ ਹਾਲਾਤ ਇਹ ਬਣ ਗਏ ਆ ਵੀ ਇਲਾਕੇ ਦਾ MLA ਇਲਾਕੇ ਦਾ MP ਹੋਵੇ ਇਲਾਕੇ ਦਾ ਮਿਨਿਸਟਰ ਹੋਵੇ ਅਤੇ ਪੁਲਿਸ ਵਾਲਾ ਪਰਚਾ ਕਰਨ ਤੋਂ ਪਹਿਲਾਂ ਉਹਨੂੰ ਫੋਨ ਕਰਦਾ ਭਾਈ ਸਾਹਿਬ ਜੀ ਪਰਚਾ ਕਰਦੇ ਆ ਵੀ ਮੇਰੇ ਕੋਲ ਆਹ ਕੰਪਲੇਂਟ ਆਈ ਹੈ ਜਦੋਂ ਇੰਨੀ ਇਹਦੀ ਗੱਲ ਪੁੱਛ ਕੇ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਜੇ ਦਵਾਈਆਂ ਵਾਲੀ ਦੁਕਾਨ 'ਤੇ ਨਸ਼ਾ ਵਿਕਿਆ ਸਰਕਾਰ ਨੇ ਚੰਗੀ ਗੱਲ ਕੀਤੀ ਨਸ਼ਾ ਬੰਦ ਅਸੀਂ ਧੰਨਵਾਦੀ ਹਾਂ ਕੈਪਟਨ ਸਾਹਿਬ ਦੇ ਵੀ ਉਹਨਾਂ ਨੇ ਲਿਖ ਕੇ ਲਾਤਾ ਕਿ ਮੈਂ ਆਪਣੀ ਦੁਕਾਨ 'ਤੇ ਨਸ਼ਾ ਨਹੀਂ ਵੇਚਾਂਗਾ ਇਸ ਗੱਲ ਨੂੰ ਮੈਂ ਸਰਕਾਰ ਦਾ ਧੰਨਵਾਦੀ ਹਾਂ ਮੈਡੀਕਲ ਸਟੋਰ ਵਾਲੇ ਵੀਰਾਂ ਨੂੰ ਵੀ ਧੰਨਵਾਦੀ ਹਾਂ ਪਰ ਜਿੱਥੇ ਤੁਸੀਂ ਇੰਨਾ ਵਧੀਆ ਕੰਮ ਕੀਤਾ ਉੱਥੇ ਇੱਕ ਕੰਮ ਹੋਰ ਕਰੋ ਕਿ ਮੈਂ ਜੈਨਰਿਕ ਦੀ ਦਵਾਈ ਜੈਨਰਿਕ ਦੇ ਭਾਅ 'ਤੇ ਵੇਚਾਂਗਾ ਐਥੀਕਲ ਦੀ ਦਵਾਈ ਐਥੀਕਲ ਦੇ ਭਾਅ 'ਤੇ ਵੇਚਾਂਗਾ ਮੈਂ ਕਮਾਈ ਕਰਾਂਗਾ ਮੈਂ ਕਿਸੇ ਨੂੰ ਲੁੱਟਾਂਗਾ ਨਹੀਂ ਇਹ ਵੀ ਲਿਖ ਕੇ ਲਾਓ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜਾਵੇ ਸਾਰੇ ਦੇਸ਼ ਦੇ ਵਿੱਚ ਇਹ ਕੰਮ ਚੱਲ ਰਿਹਾ ਪਰ ਜਿਹੜੀ ਵੀ ਸ਼ੁਰੂਆਤ ਹੋਈ ਨਾ ਕ੍ਰਾਂਤੀ ਵੀਰ ਜੀ ਉਹ ਪੰਜਾਬ ਤੋਂ ਹੋਈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਨੂੰ ਗੁਰੂਆਂ ਨੇ ਸੰਦੇਸ਼ ਹੀ ਐਸੇ ਦਿੱਤੇ ਆ ਕਿ ਅਸੀਂ ਕ੍ਰਾਂਤੀ ਨੂੰ ਜਨਮ ਦਿੰਦੇ ਹਾਂ ਅਤੇ ਮੈਂ ਅੱਜ ਮੈਡੀਕਲ ਸਟੋਰ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਯਾਰ ਲੜੋ ਨਾ ਇਹ ਸਮਾਂ ਮੇਰੇ ਨਾਲ ਲੜਨ ਦਾ ਨਹੀਂ ਇਹ ਸਾਡੇ ਨਾਲ ਮਿਲ ਕੇ ਚੱਲਣ ਦਾ ਆਪਣੀ ਦੁਕਾਨ 'ਤੇ ਲਿਖ ਕੇ ਲਾਓ ਕਿ ਮੇਰੀ ਦੁਕਾਨ 'ਤੇ ਜੈਨਰਿਕ ਦਵਾਈ ਇੰਨੀ ਲੈਸ 'ਤੇ ਮਿਲੇਗੀ ਐਥੀਕਲ ਦਵਾਈ ਇੰਨੀ ਲੈਸ 'ਤੇ ਮਿਲੇਗੀ ਇੰਨਾ ਕੀ ਰੌਲਾ ਇਹਦੇ ਬਾਰੇ ਕੋਈ ਰੌਲਾ ਨਹੀਂ। ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕਿਉਂਕਿ ਤੁਹਾਡਾ ਸਮਾਂ ਬੜਾ ਕੀਮਤੀ ਹੈ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ ਜੀ ਸਾਧੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਇਸੇ ਸੱਚੇ ਰਸਤੇ 'ਤੇ ਚੱਲਦੇ ਰਹੋ ਅਤੇ ਸੰਗਤਾਂ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ ਜੀ ਔਰ ਲਾਲ ਜੀ ਨਾਲ ਬਹੁਤ ਸ਼ੁਕਰਗੁਜ਼ਾਰ ਹਾਂ ਜੀ।
और TGN24 के सारे दर्शकों को बेनती है कि वीडियो वो तो वह शेयर करो और NRIs को बेनती है कि हर अपने इलाके पेंड पेंडे मैडिकल स्टोर खोल दिए ताकि पता लगे कि MLA ਕਿਹੜਾ ਇਸ ਮਹਿਕਮੇ ਦਾ ਕੋਈ ਮੰਤਰੀ ਸੰਤਰੀ ਕੋਈ ਹੋਰ ਅਧਿਕਾਰੀ ਸਾਨੂੰ ਰੋਕਣ ਆਉਂਦਾ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਇਹ ਸਾਡੇ ਖੂਨ 'ਚ ਆ ਸਾਡੀ ਸਿੱਖ ਕੌਮ ਦੇ ਖੂਨ 'ਚ ਆ ਜੇ ਅਸੀਂ 1 ਲੱਖ ਸੰਗਤਾਂ ਨੂੰ ਰੋਜ਼ ਲੰਗਰ ਛਕਾ ਸਕਦੇ ਹਾਂ ਅਤੇ ਕੁਝ ਇੱਕ ਸੰਗਤਾਂ ਨੂੰ ਅਸੀਂ ਜਾਇਜ਼ ਰੇਟ ਦੇ ਉੱਤੇ ਦਵਾਈ ਨਹੀਂ ਦੇ ਸਕਦੇ ਅਸੀਂ ਫਰੀ ਦੇ ਦਈਏ ਤੁਹਾਨੂੰ ਕੀ ਇਤਰਾਜ਼ ਹੈ ਇਸ ਦਾ ਕਿਉਂ ਭਾਈ ਸਾਹਿਬ ਤੁਸੀਂ 8 ਰੁਪਏ ਦੀ ਦਵਾਈ ਦਿੰਦੇ ਹੋ ਤੁਸੀਂ 8 ਵੀ ਨਾ ਲਾਓ ਤੁਹਾਨੂੰ ਕੌਣ ਰੋਕੇਗਾ ਇਸ ਗੱਲ ਬਿਲਕੁਲ ਮੈਂ ਚਾਹੁੰਦਾ ਜੀ ਕਿ ਇਹਦੇ ਵਿੱਚ ਪ੍ਰੋਬਲਮ ਸਿਰਫ ਉਹਨਾਂ ਨੂੰ ਹੈ ਜਿਨ੍ਹਾਂ ਦੀ ਲੁੱਟ ਖਸੁੱਟ ਦਾ ਵਪਾਰ ਬੰਦ ਹੋ ਰਿਹਾ ਜਿਹੜੇ ਸਹੀ ਚੱਲਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਇੰਨੇ ਦੁਕਾਨਦਾਰ ਦਵਾਈਆਂ ਦੇ ਦੁਕਾਨਦਾਰ ਵੀਰਾਂ ਦੇ ਫੋਨ ਆਉਂਦੇ ਕਿ ਭਾਜੀ ਅਸੀਂ ਬੜੇ ਖੁਸ਼ ਕਿ ਯਾਰ ਅਸੀਂ ਬੜੇ ਚਿਰ ਤੋਂ ਲੜਾਈ ਲੜ ਰਹੇ ਸੀ ਪਰ ਸਾਡੇ ਕੰਨਿਆਂ ਦੀ ਕੋਈ ਬਾਤ ਨਹੀਂ ਪੁੱਛਦਾ ਸੀ ਸਾਨੂੰ ਘਰ ਦੇ ਕਹਿੰਦੇ ਸੀ ਵੀ ਤੂੰ ਬਹੁਤਾ ਸਾਧ ਬਣਿਆ ਫਿਰਦਾ ਹੈ ਤੂੰ 10 ਵਾਲੀ ਚੀਜ਼ 15 ਦੀ ਵੇਚੀ ਜਾਣਾ ਕੋਈ ਨਹੀਂ ਪੁੱਛਦਾ ਲੱਗਿਆ ਰਹਿ ਅਤੇ ਅੱਜ ਕਹਿੰਦੇ ਤੁਸੀਂ ਆਵਾਜ਼ ਚੱਕੀ ਹੈ ਜਿਹੜੀ ਪੂਰੇ ਹਿੰਦੁਸਤਾਨ 'ਚ ਗੂੰਜੀਏ ਆਲ ਵਰਲਡ 'ਚ ਗੂੰਜੀਏ ਸਭ ਤੋਂ ਵੱਧ ਖੁਸ਼ੀ ਕਹਿੰਦੇ ਮੈਨੂੰ ਉਹਦੀ ਵੀ ਮੇਰੀ ਤਪੱਸਿਆ ਦਾ ਮੈਨੂੰ ਫਲ ਮਿਲਿਆ ਹੁਣ ਸਾਰੇ 10 ਵਾਲੀ ਚੀਜ਼ 15 'ਚ ਵੇਚਣਗੇ ਹੁਣ ਵੈਸੇ ਕਈ ਫੋਨ ਕਰਦੇ ਆ ਜੀ ਸੋ ਮੈਂ ਤਾਂ ਇਹੀ ਚਾਹੁੰਦਾ ਵੀ ਪ੍ਰਮਾਤਮਾ ਕਿਰਪਾ ਕਰੇ ਐਸੀ ਸੋਚ ਸਭ ਦੀ ਬਣੇ ਆਪਾਂ ਰਲ ਕੇ ਯਾਰ ਆਪਣੇ ਪੰਜਾਬ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਚੱਲੀਏ ਕਿ ਦੁਨੀਆ ਇਹ ਗੱਲ ਕਵੇ ਕਿ ਜੇ ਕੋਈ ਸਟੇਟ ਦੇਖੀ ਸੂਬਾ ਦੇਖਿਆ ਤਾਂ ਉਹ ਪੰਜਾਬ ਦੇ ਬਹੁਤ ਸ਼ੁਕਰੀਆ ਜੀ ਕੈਮਰਾਮੈਨ ਸਨੀ ਦੇ ਨਾਲ ਬਲਵਿੰਦਰ ਸਿੰਘ ਪੱਖੋਂ ਕੇ PGN24 ਲਈ ਸਤਿ ਸ੍ਰੀ ਅਕਾਲ ਕੈਮਰੇ ਅੱਗੇ ਨਹੀਂ ਦੇਈਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਵੈਲਫੇਅਰ ਕੌਂਸਲ ਦੇ ਜਿੰਨੇ ਵੀ ਮੈਂਬਰ ਜੁੜੇ ਹੋਏ ਨੇ ਲਾਈਵ ਦੇਖ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਮਿਹਰ ਨਾਲ ਅੱਜ ਐਤਵਾਰ ਜਿਵੇਂ ਕਿ ਤੁਹਾਨੂੰ ਪਤਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਦਰਬਾਰ ਸਾਹਿਬ ਹਰ ਐਤਵਾਰ ਪਹੁੰਚੀਦਾ ਅਤੇ ਇੱਥੇ ਜਦੋਂ ਅੱਜ ਅਸੀਂ ਪਹੁੰਚੇ ਹਾਂ ਅਤੇ ਜਦੋਂ ਇੱਥੇ ਪਹੁੰਚਿਆ ਸਾਡੇ ਵੀਰ ਜਿਹੜੇ ਨੇ ਇਹਨਾਂ ਨੇ ਸਾਨੂੰ ਬੁਲਾਇਆ ਸਨਮਾਨਿਤ ਕੀਤਾ ਅਤੇ ਇਹਨਾਂ ਵੀਰਾਂ ਦੇ ਦੋ ਸ਼ਬਦ ਜਿਹੜੇ ਸੁਣ ਲੈਂਦੇ ਹਾਂ ਫਿਰ ਮੈਂ ਬੰਦ ਕਰਦਾ ਜੀ ਲਾਈਵ ਹਾਂਜੀ ਬਹੁਤ ਸ਼ੁਕਰੀਆ ਜੀ ਮੈਂ ਬਲਵਿੰਦਰ ਸਿੰਘ ਪੱਖੋਂ ਕੇ PGN24 ਚੈਨਲ ਤੋਂ ਔਰ ਅੱਜ ਸਿੱਖ ਵੈਲਫੇਅਰ ਕੌਂਸਲ ਦੀ ਜਿਹੜੀ ਟੀਮ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੀ ਅੱਜ ਇਹਨਾਂ ਦਾ ਇੱਥੇ ਮਾਣ ਸਤਿਕਾਰ ਕਰਕੇ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅਸੀਂ 25,000 ਰੁਪਈਏ ਦੀ ਸੇਵਾ ਜਿਹੜੀ ਆ ਸਿੱਖ ਵੈਲਫੇਅਰ ਕੌਂਸਲ ਨੂੰ ਦਿੱਤੀ ਹੈ ਤਾਂ ਕਿ ਹੋਰ ਬਿਹਤਰ ਢੰਗ ਨਾਲ ਦਵਾਈਆਂ ਦੀ ਸੇਵਾ ਜਿਹੜੀ ਆ ਸੰਗਤ ਨੂੰ ਇਹ ਪ੍ਰੋਵਾਈਡ ਕਰ ਸਕਣ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਸਾਡੀਆਂ ਦੁਆਵਾਂ ਸਾਡੀਆਂ ਸ਼ੁਭ ਇੱਛਾਵਾਂ ਹਮੇਸ਼ਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਇਹਨਾਂ ਵੀਰਾਂ ਨੇ ਸਨਮਾਨਿਤ ਵੀ ਕੀਤਾ ਅਤੇ ਸੇਵਾ ਵੀ ਕੀਤੀ ਹੈ ਅਤੇ ਸਾਥ ਦੇਣ ਦਾ ਜਿਹੜਾ ਪੂਰਾ ਵਿਸ਼ਵਾਸ ਦਿੱਤਾ ਕਿ ਜਿਹੜਾ ਸਾਥ ਵੀ ਇਹਨਾਂ ਵੀਰਾਂ ਵੱਲੋਂ ਸਾਡਾ ਪੂਰਾ ਸਿੱਖ ਵੈਲਫੇਅਰ ਕੌਂਸਲ ਦਾ ਗੁਰੂ ਨਾਨਕ ਮੋਦੀ ਖਾਨੇ ਦਾ ਦਿੱਤਾ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਸਿੱਖ ਵੈਲਫੇਅਰ ਕੌਂਸਲ ਪੇਜ 'ਤੇ ਜਿੰਨੇ ਵੀ ਮੈਂਬਰ ਜੁੜੇ ਆ ਦੇਖ ਰਹੇ ਆ ਤੁਸੀਂ ਸਪੋਰਟ ਕਰਦੇ ਹੋ ਦੇਖਦੇ ਹੋ ਸ਼ੇਅਰ ਕਰਦੇ ਹੋ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ
ਜਿਹੜਾ ਇਹ ਚੈਨਲ ਬੰਦ ਕਰਾਇਆ ਨਾ, ਕੋਸ਼ਿਸ਼ ਕਰਨੀ ਕਿ ਜਿੰਨੀ ਸਾਰੇ ਇਕੱਠੇ ਹੋ ਕੇ ਫਲੈਸ਼ਲਾਈਟ ਕਰਕੇ ਤੋਂ ਚੈਨਲ ਚਲਵਾਈਏ। ਨਹੀਂ ਉਹ ਚਲਾਕਾ ਲੜ ਗਿਆ ਨਾ, ਚੈਨਲ ਚੱਲ ਨਹੀਂ ਪਿਆ ਜੀ, ਚੱਲ ਗਿਆ ਚੱਲ ਗਿਆ। ਹਾਂਜੀ ਹੁਣ ਇਹ ਨਾ ਪਿੰਕੀ ਕੈਟ ਨੇ ਦਿੱਤਾ ਸੀ 170,000 ਰੁਪਇਆ ਵਕੀਲ ਨੂੰ, ਜਿਹੜਾ ਵੀ ਕੰਮ ਕਰਦੇ ਨਾ ਮੀਰ ਵਡੋ ਉਹਦੇ ਉਲਟੇ ਜੋ ਮਰਜ਼ੀ ਆ ਜਾਵੇ ਇਹਨੂੰ ਉੱਤੇ ਹੀ ਵੀ ਪਿੱਠ ਲੱਗਣੀ ਚਾਹੀਦੀ ਆ। ਘੁਮਾ ਕੇ ਸੱਚੇ ਪਾਤਸ਼ਾਹ ਨੇ ਅੱਜ ਬੜੀ ਬਖਸ਼ਿਸ਼ ਕੀਤੀ ਹੈ ਕਿ ਗੁਰੂ ਰਾਮਦਾਸ ਜੀ ਦੇ ਇਸ ਪੱਤਰ ਕਰਦੇ ਸੀ ਆਸ਼ਿਸ਼ ਕਰਕੇ ਸਾਨੂੰ ਦੇ ਬਹੁਤ ਸਾਰੇ ਜਿਹੜੇ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਸਨ। ਅੱਜ ਉਹਨਾਂ ਦੇ ਦਰਸ਼ਨ ਕਰਨੇ ਹੋਏ ਨੇ ਵਾਜਬ ਰੇਟ ਦੇ ਉੱਤੇ ਉਹ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਨਾ ਕਿ ਪ੍ਰਿੰਟ ਰੇਟ ਦੇ ਉੱਤੇ। ਪੂਰੀ ਇਹਨਾਂ ਵੀ ਇਸ ਵਕਤ ਪੂਰੇ ਹਿੰਦੁਸਤਾਨ 'ਚ ਤਹਿਲਕਾ ਮੱਚਿਆ ਪਿਆ, ਔਰ ਫਾਰਮਾਸਿਟੀਕਲ ਕੰਪਨੀਆਂ ਜਿਹੜੀਆਂ ਨੇ ਉਹ ਚਿੰਤਾ ਦੇ ਵਿੱਚ ਇਸ ਵਕਤ ਪਈਆਂ ਨੇ ਵੀ ਇਹ ਕੀ ਕਰ ਦਿੱਤਾ ਸਿੱਖ ਵੈਲਫੇਅਰ ਕੌਂਸਲ ਵਾਲੇ, ਔਰ ਬਹੁਤ ਵਧੀਆ ਕੰਮ ਕਰ ਰਹੇ ਨੇ। ਅੱਜ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਨੰਬਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਤੋਂ ਸਾਡੀ ਸੰਸਥਾ ਅੱਜ ਅਸੀਂ 25,000 ਰੁਪਏ ਦੀ ਕੁਛ ਦੀ ਭੇਟਾ ਇਸ ਸਿੱਖ ਵੈਲਫੇਅਰ ਕੌਂਸਲ ਦੇ ਹਵਾਲੇ ਕਰ ਰਹੇ ਹਾਂ ਤਾਂ ਕਿ ਕੰਮ ਕਰ ਰਹੇ ਨੇ, ਕਿਉਂਕਿ ਇਹਨਾਂ ਪੰਜਾਬ ਬਿਮਾਰ ਕਰ ਦਿੱਤਾ ਇਹਨਾਂ ਬਿਮਾਰ ਮਾਨਸਿਕਤਾ ਵਾਲੇ ਸਾਡੇ ਲੀਡਰਾਂ ਨੇ, ਅਤੇ ਅੱਜ ਬਹੁਤ ਲੋੜ ਆ ਉਹਨਾਂ ਨੂੰ ਦਵਾਈਆਂ ਦੀ, ਦਵਾਈਆਂ ਦੇ ਲੰਗਰਾਂ ਦੀ, ਅਤੇ ਇਹ ਬਹੁਤ ਵੱਡਾ ਕੰਮ ਕਰ ਰਹੇ ਨੇ ਬਿਲਕੁਲ ਜੈਨੂਇਨ ਰੇਟ ਦੇ ਉੱਤੇ। ਗੌਰਮੈਂਟ ਲਈ ਭਾਈ ਸਾਹਿਬ ਵਾਲੀ ਗੱਲ ਕਰਾਂਗੇ, ਭਾਈ ਸਾਹਿਬ ਦੀ ਵਾਹਿਗੁਰੂ ਜੀ ਦਾ ਸੰਸਥਾ ਵਾਲੇ ਭਾਈ ਸਾਹਿਬ ਬੜਾ ਵਿਚਿੱਤਰ, ਅਤੇ ਜਿਵੇਂ ਕਹਿੰਦੇ ਨੇ ਵੀ ਚੜ੍ਹਦੇ ਪਾਣੀ ਨੂੰ ਜਾਣ ਵਾਲਾ ਕੰਮ ਕੀਤਾ, ਵੀ ਚੁੱਪ ਕਰਕੇ ਕੋਈ ਬਾਰਗੇਨਿੰਗ ਨਹੀਂ ਕਰਦਾ, ਕੋਈ ਗਰੀਬ ਆ ਚਾਹੇ ਅਮੀਰ ਆ, ਕਿੰਨੇ ਪੈਸੇ ਜੀ ਆ 10,000 ਬਣ ਗਿਆ ਦਵਾਈਆਂ ਦਾ, ਆਹ ਤੁਹਾਡੀ 5,000 ਦਾ ਟੀਕਾ, ਆਹ ਤੁਹਾਡਾ 2,500 ਦਾ ਟੀਕਾ, ਹਾਂਜੀ, ਅਤੇ ਇਹ ਕੋਈ ਬਾਰਗੇਨਿੰਗ ਨਹੀਂ ਕਰਨ ਦੇ ਬਾਵਜੂਦ ਤੁਸੀਂ 100 ਰੁਪਏ ਵਾਲੀ ਦਵਾਈ 8 ਰੁਪਏ 'ਚ ਦੇ ਰਹੇ ਹੋ, ਇਹ ਕੀ ਕਿੱਦਾਂ ਪੋਸੀਬਲ ਹੈ? ਪਹਿਲੀ ਗੱਲ ਹੈ ਜੀ, ਗੁਰੂ ਨਾਨਕ ਸਾਹਿਬ ਜੀ 13-13 ਉਹਨਾਂ ਦਾ ਸੰਦੇਸ਼ ਸੀ, ਅਸੀਂ ਤਾਂ ਸਿਰਫ ਯਤਨ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੇ ਦਿੱਤੇ ਸੰਦੇਸ਼ 'ਤੇ ਕਾਇਮ ਹੋਵੇਗੀ। ਸੋ ਜਿਹੜੀ ਗੱਲ ਦਵਾਈਆਂ ਦੀ ਤੁਸੀਂ ਕੀਤੀ ਵੀ ਕਿੱਦਾਂ ਪੋਸੀਬਲ ਹੈ, ਇਹ ਬਾਬੇ ਨਾਨਕ ਦਾ ਪਤਾ, ਇੱਥੇ ਕਿਸੇ ਗੱਲ ਦੀ ਕਮੀ ਨਹੀਂ। ਔਰ ਸੱਚ ਜਾਣਿਓ ਅੱਜ ਪੰਜਾਬ ਤਾਂ ਸਾਡਾ ਵੈਸੇ ਹੀ ਬਹੁਤ ਅਮੀਰ ਹੈ, ਗੁਰੂਆਂ ਪੀਰਾਂ ਦੀ ਸਾਡਿਆਂ ਦੀ ਧਰਤੀ ਹੈ, ਸਿਰਫ ਗੱਲ ਇਹ ਹੈ ਕਿ ਇੱਥੇ ਸਭ ਕੁਛ ਹੈਗਾ ਪਰ ਇੱਕ ਚੀਜ਼ ਨਹੀਂ, ਉਹ ਹੈਗੀ ਮੀਰ। ਹਾਂ, ਸਾਡੇ ਡਰੱਗ ਸਟੋਰ ਚਲਾਉਣ ਵਾਲੇ ਵੀਰਾਂ ਦੀ ਨੀਅਤ ਦੇ ਵਿੱਚ ਹੇਰ ਫੇਰ ਆ, ਕਿਉਂਕਿ ਦਵਾਈ ਕੰਪਨੀਆਂ ਨੇ ਐਸੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖ ਤੀਆਂ, ਐਸੀਆਂ ਗੁੱਝੀਆਂ ਭੇਦ ਉਹਨਾਂ ਨੂੰ ਦੇ ਦਿੱਤੇ ਆ, ਹੁਣ 10 ਰੁਪਏ ਵਾਲੀ ਚੀਜ਼ ਨੂੰ ਤੁਸੀਂ 150 ਰੁਪਏ ਰੇਟ ਲਾ ਦਿਓਗੇ ਅਤੇ ਲਾਲਚ ਕਿਹਨੂੰ ਨਹੀਂ ਆਉਂਦਾ? ਅੱਜ ਪਤਾ ਕੀ ਹੈ, ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਯੋਜਨਾ ਨੂੰ ਵੱਧ, ਹਰ ਬੰਦਾ ਬੇਰੁਜ਼ਗਾਰ, ਹਰ ਬੰਦੇ ਦਾ ਕੰਮ ਨਹੀਂ ਚੱਲ ਰਿਹਾ, ਹੁਣ ਤਾਂ ਵੈਸੇ ਮਹਾਂਮਾਰੀ ਫੈਲੀ ਹੈ, ਅਤੇ ਹਰ ਬੰਦਾ ਸੋਚਦਾ ਵੀ 4 ਪੈਸੇ ਜੋੜ ਲਵਾਂ, ਪਰ ਮੈਂ ਇਹ ਹੀ ਕਹਿੰਦਾ ਵੀ ਉਹ ਬੰਦਾ, ਹਰ ਬੰਦਾ ਇਹ ਕਹਿੰਦਾ ਵੀ ਯਾਰ ਅੱਜ ਮਹਾਂਮਾਰੀ ਹੈ, ਕੱਲ੍ਹ ਨੂੰ ਪਤਾ ਨਹੀਂ ਕਿਹੜਾ ਵੇਲਾ ਆ ਜਾਣਾ ਮੇਰੇ 'ਤੇ, ਵੀ ਯਾਰ 4 ਪੈਸੇ ਜੋੜ ਲਵਾਂ, ਬਾਲ ਜਵਾਕ ਜਿਹੜੇ ਨੇ ਮੇਰੀ ਰੋਟੀ ਤੋਂ ਮੁਖਾਜ ਨਾ। ਪਰ ਜਿਹੜਾ ਇਹ ਮੁੱਦਾ ਹੈ, ਇਹ ਦਵਾਈਆਂ ਦਾ ਮੁੱਦਾ, ਇਹ ਮਹਾਂਮਾਰੀ 'ਚ ਤਾਂ ਚਲੋ ਸੇਵਾ ਕਰਨ ਨੂੰ ਗੁਰੂ ਰਾਮਦਾਸ ਨੇ ਦਿੱਤੀ ਨਾ ਸਾਨੂੰ, ਪਰ ਇਹ ਜਿਹੜਾ ਦੁੱਖ ਕਸੋਟ ਵਾਲਾ ਮੁੱਦਾ, ਇਹ ਅੱਜ ਥੋੜ੍ਹਾ ਚੱਲਿਆ, ਇਹ ਕਿਸਾਨਾਂ ਵੱਧੀ ਚੱਲਦਾ ਆ ਰਿਹਾ। ਸਭ ਤੋਂ ਵੱਡੀ ਗੱਲ ਆ, ਜਿਹੜੇ ਅੱਜ ਇਸ ਗੱਲ ਦੀ ਮੁਖਾਲਫਤ ਕਰਦੇ ਆ ਵੀ ਇਹ ਝੂਠ ਬੋਲਦੇ ਆ ਜੀ, ਇਹ ਜੈਨਰਿਕ ਦਵਾਈਆਂ ਦੇ ਰਹੇ ਆ ਜੀ, ਐਸੀ ਗੱਲ ਨਹੀਂ ਦੇ ਰਹੇ, ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ, ਜੇ ਸਾਨੂੰ ਨਹੀਂ ਪਤਾ ਵੀ ਜੈਨਰਿਕ ਕੀ ਹੈ ਅਤੇ ਐਸੀ ਗੱਲ ਕੀ, ਤੁਹਾਨੂੰ ਤਾਂ ਪਤਾ ਨਾ, ਕਿਹਦਾ ਜ਼ਮੀਰ ਅੱਜ ਤੱਕ ਜਾਗਿਆ ਜਿਹਨੇ ਇਹ ਗੱਲ ਲਾਈਵ 'ਤੇ ਆ ਕੇ ਜਾਂ ਚੈਨਲ ਦੇ ਥਰੂ ਜਾਂ ਅਖਬਾਰ 'ਚ ਕੱਢੀ ਹੋਵੇ, ਉਹ ਭਾਊ ਇਹ 10 ਵਾਲੀ ਦਵਾਈ ਹੈ ਜਿਹੜੀ 100 'ਚ ਵਿਕ ਰਹੀ ਹੈ, ਕਿਸੇ ਨੇ ਕੱਢੀ ਹੈ? ਅਤੇ ਜੇ ਅੱਜ ਗੁਰੂ ਨਾਨਕ ਮੋਦੀਖਾਨੇ 'ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਿੱਖ ਵੈਲਫੇਅਰ ਕੌਂਸਲ ਦੀ ਟੀਮ ਨੇ ਇਹ ਗੱਲ ਕੱਢੀ, ਤੁਸੀਂ ਅੱਜ ਸਾਥ ਦੇਣ ਦੀ ਬਜਾਏ ਉਹਦੀ ਯਾਰ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਆ। ਮੈਂ ਕਹਾਂ ਵੀ ਮੈਂ ਚਲਾਇਆ, ਕਿਸੇ ਨੇ ਨਹੀਂ ਚਲਾਇਆ, ਆਈਡੀਓਲੋਜੀ ਗੁਰੂ ਨਾਨਕ ਦੀ ਹੈ, ਸਹਿਯੋਗ ਸੰਗਤਾਂ ਦਾ, ਉਹਦੇ ਕਰਕੇ ਇਹ ਸਾਰਾ ਖਰਚ ਹੋਇਆ। ਫਿਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਮੰਨ ਲਓ ਇੱਕ ਤੁਹਾਡਾ ਵੱਡਾ ਮੈਡੀਕਲ ਸਟੋਰ ਆ, ਤੁਹਾਡੇ ਕੋਲ ਸਟਾਫ ਹੋਏਗਾ, ਉੱਥੇ ਏਸੀ ਲੱਗੇ ਨੇ, ਬਿਜਲੀ ਦੇ ਖਰਚੇ ਨੇ, ਕੀ ਇਹ ਪੋਸੀਬਲ ਆ ਕਿ ਉਹ 8 ਰੁਪਏ ਦੀ 100 ਰੁਪਏ ਵਾਲੀ ਜਿਹੜੀ ਮੈਡੀਸਨ ਆ 8 ਰੁਪਏ ਵਾਲੀ ਦੇ ਕੇ ਬਸ ਖਰਚੇ ਨੂੰ ਤੁਸੀਂ ਕਵਰ ਕਰ ਲਈ? ਵੀਰ ਜੀ, ਸਾਡਾ ਖਰਚਾ ਤਕਰੀਬਨ 1 ਲੱਖ ਤੋਂ ਲੈ ਕੇ 1.25 ਲੱਖ ਦਾ ਮਹੀਨਾ, ਜਿਹੜੀਆਂ ਕਿ ਸਾਨੂੰ ਸੈਲਰੀਆਂ ਪੈਂਦੀਆਂ ਨੇ, ਦੁਕਾਨ ਦਾ ਸਾਡਾ ਰੈਂਟ ਹੈ ਜਿਹੜਾ ਕਿ ਅਸੀਂ ਦੇਣਾ ਹੁੰਦਾ,
ਉਹ ਸਾਰਾ ਖਰਚਾ ਅਸੀਂ ਉਹਦੇ ਲਈ 125 ਪਰਿਵਾਰਾਂ ਦਾ ਗਰੁੱਪ ਬਣਾਇਆ ਜਿਹਦੇ ਵਿੱਚ ਅੱਜ ਸਾਡੇ ਗਰੁੱਪ ਦੇ ਵਿੱਚ ਤਕਰੀਬਨ 75 ਮੈਂਬਰ ਸਾਡੇ ਜੁੜ ਗਏ ਆ ਇਹਨਾਂ ਸਾਰਿਆਂ ਪਰਿਵਾਰਾਂ ਤੋਂ ਅਸੀਂ ਕੇਵਲ 1000 ਰੁਪਏ ਮਹੀਨਾ ਦਿੱਤਾ ਜੇ ਕੋਈ 1100 ਵੀ ਦੇਵੇ ਤੁਸੀਂ ਮਨਾ ਕਰ ਕੇਵਲ 1000 ਦੀ ਰਾਸ਼ੀ ਲੈਣੀ ਹੈ ਕਿ ਕਿਸੇ ਨੂੰ ਚੁੱਪੇ ਕਿਉਂਕਿ ਇਹ ਕਿਹੜਾ ਇੱਕ ਵਾਰੀ ਲੈਣੀ ਹੈ ਕਿ ਹਰ ਮਹੀਨੇ ਚੱਲਣੀ ਹੈ ਸੋ 1000 ਦੇ ਵਿੱਚ 75 ਪਰਿਵਾਰਾਂ ਨੂੰ ਅਸੀਂ ਜੋੜਿਆ ਸੋ 125 ਪਰਿਵਾਰ ਜੁੜ ਜਾਣਗੇ ਸਾਡੇ ਕੋਲ 1.5 ਲੱਖ ਮਜ਼ਬੂਰ ਉਹ ਦੁਖੀ ਲੋਕ ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਜਿਨ੍ਹਾਂ ਨੂੰ ਲੁੱਟਣ ਲੱਗੇ ਇਹਨਾਂ ਨੇ ਸ਼ਰਮ ਨਹੀਂ ਕੀਤੀ ਪੰਜਾਬ ਨੂੰ ਸਾਡੇ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਬਿਮਾਰ ਮਾਨਸਿਕਤਾ ਵਾਲੇ ਲੀਡਰਾਂ ਨੇ ਇਹਨਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਕਿਉਂਕਿ ਅਸੀਂ ਵੀ ਕੁਛ ਤੁਹਾਡੇ ਵਰਗਾ ਹੀ ਕੰਮ ਕਰ ਰਹੇ ਹਾਂ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਕੀਤੀਆਂ ਜਿਨ੍ਹਾਂ ਪ੍ਰੋਟੈਸਟਰਾਂ ਨੇ ਅਸੀਂ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ ਔਰ ਉਸ ਗੱਲ ਨੂੰ ਅਸੀਂ ਹਾਈਲਾਈਟ ਕਰ ਰਹੇ ਹਾਂ ਔਰ ਸਾਡੀਆਂ ਵੀਡੀਓ ਜਿਹੜੀਆਂ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੋਂ ਹੁੰਦੀਆਂ ਹੋਈਆਂ ਹੁਣ UNO ਤੱਕ ਵੀ ਦੇਖੀਆਂ ਜਾਂਦੀਆਂ ਮੈਨੂੰ ਪਿਛਲੇ ਦਿਨ UNO ਤੋਂ ਵੀ ਫੋਨ ਆਇਆ ਔਰ ਇੱਦਾਂ ਵਧੀਆ ਕੰਮ ਕਰ ਰਹੇ ਹੋ ਬਹੁਤ ਜਲਦ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੀ ਗਾਈਡਲਾਈਨ ਦੀ ਲੋੜ ਹੈ ਅਸੀਂ ਆਪਣੇ ਏਰੀਆ ਦੇ ਵਿੱਚ ਵੀ ਇਹ ਸਟੋਰ ਖੋਲ੍ਹਾਂਗੇ ਔਰ ਉਹਦੇ 'ਚ ਦਵਾਈਆਂ ਦੇ ਟਰੱਕ ਭਰ ਪਾਣੀ ਜਮ੍ਹਾਂ ਕਰਾਂਗੇ ਇਸ ਤੋਂ ਵੱਡੀ ਖੁਸ਼ੀ ਸ਼ਾਇਦ ਕਿਸੇ ਨੂੰ ਨਹੀਂ ਮਿਲਦੀ ਸਭ ਤੋਂ ਪਹਿਲੀ ਗੱਲ ਦੱਸਾਂ ਜੀ ਅੱਜ ਗੁਰੂ ਰਾਮਦਾਸ ਦੇ ਦਰ 'ਤੇ ਆਇਆ ਮੇਰੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਜੇ ਕੋਈ ਬੰਦਾ ਮੈਨੂੰ ਪੁੱਛੇ ਵੀ ਤੇਰੀ ਜ਼ਿੰਦਗੀ ਦਾ ਉਹ ਪਲ ਜਿਹੜਾ ਤੂੰ ਯਾਦ ਕਰਨਾ ਚਾਹੁੰਦਾ ਤੂੰ ਇਹ ਚੱਲ ਰਿਹਾ ਗੁਰੂ ਰਾਮਦਾਸ ਦੇ ਦਰ 'ਤੇ ਆਇਆ ਨੂੰ ਕੋਈ ਮਾਣ ਦੇਵੇ ਕੋਈ ਆਇਆ ਨੂੰ ਜੀ ਆਇਆ ਨੂੰ ਆਖੇ ਹਾਲਾਂਕਿ ਤੂੰ ਜ਼ੋਰ ਥੋੜ੍ਹਾ ਹੈ ਇੱਥੇ ਤਾਂ ਕੁਛ ਮੰਗਣ ਆਉਂਦੇ ਆ ਬਿਲਕੁਲ ਗੁਰੂ ਰਾਮਦਾਸ ਪਾਤਸ਼ਾਹ ਨਦਰ ਕਰ ਆਪਣੇ ਦਰੋਂ ਕਰੋ ਰਹਿਮਤ ਦੇ ਪਾਤਸ਼ਾਹੀਆਂ ਬਖਸ਼ ਸਕਦਾ ਹੈ ਇਹ ਬਹੁਤ ਕੁਛ ਬਖਸ਼ਦਾ ਅਤੇ ਇੱਥੇ ਆਉਂਦੇ ਵਾਲਾ ਸੰਗਤ ਪਿਆਰ ਕਰੇ ਅਤੇ ਸਹਿਯੋਗ ਕਰੇ ਇਸ ਤੋਂ ਵੱਡੀ ਖੁਸ਼ੀ ਦੁਨੀਆਂ 'ਚ ਕੋਈ ਨਹੀਂ ਦੇ ਸਕਦਾ ਸੋ ਮੇਰੇ ਲਈ ਬਹੁਤ ਵੱਡਾ ਪਲ ਹੈ ਕਿ ਗੁਰੂ ਰਾਮਦਾਸ ਦੇ ਦਰ 'ਤੇ ਗੁਰਸਿੱਖਾਂ ਨੇ ਇੰਨਾ ਮਾਣ ਦਿੱਤਾ ਮੈਂ ਧੰਨਵਾਦੀ ਹਾਂ ਸਾਰੇ ਵੀਰਾਂ ਦਾ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਵੀਰ ਇੱਥੇ ਖੜ੍ਹੇ ਆ ਮੈਂ ਇੱਕ ਗੱਲ ਕਲੀਅਰ ਕਹਿ ਦਿਆ ਤੁਹਾਡਾ ਦਿੱਤਾ ਪਾਉਂਦੇ ਹਾਂ ਤੁਹਾਡਾ ਦਿੱਤਾ ਪਾਉਂਦੇ ਹਾਂ ਤੁਹਾਡੀਆਂ ਅਸੀਸਾਂ ਨਾਲ ਸੇਵਾ ਚੱਲਦੀਆਂ ਨੇ ਪਰ ਗੁਰੂ ਰਾਮਦਾਸ ਕਿਰਪਾ ਕਰੇ ਜਦੋਂ ਤੱਕ ਸੱਚੇ ਪਾਤਸ਼ਾਹ ਨਜ਼ਰ ਕਰੇਗਾ ਇਹ ਸੇਵਾ ਇਸੇ ਤਰ੍ਹਾਂ ਚੱਲਦੀ ਇਹ ਹਮੇਸ਼ਾ ਸੰਗਤ ਤੁਹਾਡੇ ਨਾਲ ਹੈ ਜੀ ਕੋਸ਼ਿਸ਼ ਕਰੋ ਵੀ ਹੁਣ ਇਹ ਤੁਹਾਡੀ ਸੇਵਾ ਕੱਲੀ ਲੁਧਿਆਣੇ ਸ਼ਹਿਰ ਤੱਕ ਨਾ ਸੀਮਤ ਹੋ ਕੇ ਪੂਰੇ ਪੰਜਾਬ ਦੇ ਵਿੱਚ ਪੂਰੀ ਇਹ ਸਪਰੈਡ ਹੋ ਜੇ ਕਿਉਂਕਿ ਸੰਗਤਾਂ ਤੁਹਾਡੇ ਨਾਲ ਚੱਲਣ ਦੀਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਤਾਂ ਲੁੱਟਿਆ ਹੀ ਬੜੀ ਬੁਰੀ ਤਰ੍ਹਾਂ ਜਾ ਰਿਹਾ ਇਹ ਕੰਮ ਇਹ ਸਰਕਾਰਾਂ ਕਿਉਂ ਨਹੀਂ ਇਹ ਗੱਲ ਪਾਬੰਦੀ ਲਾਉਂਦੀਆਂ ਕਿ 8 ਰੁਪਈਏ ਵਾਲੀ ਚੀਜ਼ ਨੂੰ 1 ਰੁਪਈਆ ਕਿਉਂ ਲਿਖਿਆ ਜਾਂਦਾ ਇੱਧਰ ਆ ਜਾਓ ਇਹ ਜੀ ਗੱਲ ਹੈ ਵੀ ਜਦੋਂ ਭਾਈਆਂ ਨਾਲ ਕੋਈ ਪਾਬੰਦੀ ਨਹੀਂ ਲੱਗੇ ਚਲਾ ਰਹੇ ਗੱਲ ਇਹ ਵੀ ਨਹੀਂ ਇਹਦੇ ਵਿੱਚ ਵੱਡੇ ਵੱਡੇ ਲੀਡਰਾਂ ਨੂੰ ਭਾਈ ਵੀ ਭਾਈ ਮੈਂ ਕਿਹਾ ਨਾ ਕਿਉਂਕਿ ਲੀਡਰਾਂ ਤੋਂ ਅਫਸਰ ਲੱਗਦੇ ਨੇ ਅੱਜ ਦੇ ਹਾਲਾਤ ਇਹ ਬਣ ਗਏ ਆ ਵੀ ਇਲਾਕੇ ਦਾ MLA ਇਲਾਕੇ ਦਾ MP ਹੋਵੇ ਇਲਾਕੇ ਦਾ ਮਿਨਿਸਟਰ ਹੋਵੇ ਅਤੇ ਪੁਲਿਸ ਵਾਲਾ ਪਰਚਾ ਕਰਨ ਤੋਂ ਪਹਿਲਾਂ ਉਹਨੂੰ ਫੋਨ ਕਰਦਾ ਭਾਈ ਸਾਹਿਬ ਜੀ ਪਰਚਾ ਕਰਦੇ ਆ ਵੀ ਮੇਰੇ ਕੋਲ ਆਹ ਕੰਪਲੇਂਟ ਆਈ ਹੈ ਜਦੋਂ ਇੰਨੀ ਇਹਦੀ ਗੱਲ ਪੁੱਛ ਕੇ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਜੇ ਦਵਾਈਆਂ ਵਾਲੀ ਦੁਕਾਨ 'ਤੇ ਨਸ਼ਾ ਵਿਕਿਆ ਸਰਕਾਰ ਨੇ ਚੰਗੀ ਗੱਲ ਕੀਤੀ ਨਸ਼ਾ ਬੰਦ ਅਸੀਂ ਧੰਨਵਾਦੀ ਹਾਂ ਕੈਪਟਨ ਸਾਹਿਬ ਦੇ ਵੀ ਉਹਨਾਂ ਨੇ ਲਿਖ ਕੇ ਲਾਤਾ ਕਿ ਮੈਂ ਆਪਣੀ ਦੁਕਾਨ 'ਤੇ ਨਸ਼ਾ ਨਹੀਂ ਵੇਚਾਂਗਾ ਇਸ ਗੱਲ ਨੂੰ ਮੈਂ ਸਰਕਾਰ ਦਾ ਧੰਨਵਾਦੀ ਹਾਂ ਮੈਡੀਕਲ ਸਟੋਰ ਵਾਲੇ ਵੀਰਾਂ ਨੂੰ ਵੀ ਧੰਨਵਾਦੀ ਹਾਂ ਪਰ ਜਿੱਥੇ ਤੁਸੀਂ ਇੰਨਾ ਵਧੀਆ ਕੰਮ ਕੀਤਾ ਉੱਥੇ ਇੱਕ ਕੰਮ ਹੋਰ ਕਰੋ ਕਿ ਮੈਂ ਜੈਨਰਿਕ ਦੀ ਦਵਾਈ ਜੈਨਰਿਕ ਦੇ ਭਾਅ 'ਤੇ ਵੇਚਾਂਗਾ ਐਥੀਕਲ ਦੀ ਦਵਾਈ ਐਥੀਕਲ ਦੇ ਭਾਅ 'ਤੇ ਵੇਚਾਂਗਾ ਮੈਂ ਕਮਾਈ ਕਰਾਂਗਾ ਮੈਂ ਕਿਸੇ ਨੂੰ ਲੁੱਟਾਂਗਾ ਨਹੀਂ ਇਹ ਵੀ ਲਿਖ ਕੇ ਲਾਓ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜਾਵੇ ਸਾਰੇ ਦੇਸ਼ ਦੇ ਵਿੱਚ ਇਹ ਕੰਮ ਚੱਲ ਰਿਹਾ ਪਰ ਜਿਹੜੀ ਵੀ ਸ਼ੁਰੂਆਤ ਹੋਈ ਨਾ ਕ੍ਰਾਂਤੀ ਦੀ ਜੀ ਉਹ ਪੰਜਾਬ ਤੋਂ ਹੋਈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਨੂੰ ਗੁਰੂਆਂ ਨੇ ਸੰਦੇਸ਼ ਹੀ ਐਸੇ ਦਿੱਤੇ ਆ ਕਿ ਅਸੀਂ ਕ੍ਰਾਂਤੀ ਨੂੰ ਜਨਮ ਦਿੰਦੇ ਹਾਂ ਅਤੇ ਮੈਂ ਅੱਜ ਮੈਡੀਕਲ ਸਟੋਰ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਯਾਰ ਲੜੋ ਨਾ ਇਹ ਸਮਾਂ ਮੇਰੇ ਨਾਲ ਲੜਨ ਦਾ ਨਹੀਂ ਇਹ ਸਾਡੇ ਨਾਲ ਮਿਲ ਕੇ ਚੱਲਣ ਦਾ ਆਪਣੀ ਦੁਕਾਨ 'ਤੇ ਲਿਖ ਕੇ ਲਾਓ ਕਿ ਮੇਰੀ ਦੁਕਾਨ 'ਤੇ ਜੈਨਰਿਕ ਦਵਾਈ ਇੰਨੀ ਲੈਸ 'ਤੇ ਮਿਲੇਗੀ ਐਥੀਕਲ ਦਵਾਈ ਇੰਨੀ ਲੈਸ 'ਤੇ ਮਿਲੇਗੀ ਇੰਨਾ ਕੀ ਰੌਲਾ ਇਹਦੂ ਬਾਅਦ ਕੋਈ ਰੌਲਾ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕਿਉਂਕਿ ਤੁਹਾਡਾ ਸਮਾਂ ਬੜਾ ਕੀਮਤੀ ਹੈ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ ਜੀ ਸਾਧੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਇਸੇ ਸੱਚੇ ਰਸਤੇ 'ਤੇ ਚੱਲਦੇ ਰਹੋ ਅਤੇ ਸੰਗਤਾਂ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ ਜੀ ਔਰ ਲਾਲ ਜੀ ਨਾਲ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਔਰ TK24 ਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ NRIs ਨੂੰ ਬੇਨਤੀ ਆ ਕਿ ਹਰ ਆਪਣੇ ਇਲਾਕੇ 'ਚ ਪਿੰਡ ਪਿੰਡ ਮੈਡੀਕਲ ਸਟੋਰ ਖੋਲ੍ਹ ਦਈਏ ਤਾਂ ਕਿ
पता लगे किहड़ा MLA किहड़ा इस महकमे का कोई मंत्री संतरी कोई होर अधिकारी सानू रोकण आउंदा कि असी सेवा करना चाहते हैं कि साढ़े खून च आ साडी सिख कौम के खून च आ जे असी 1,00,000 संगतां नू रोज़ लंगर छका सकते हैं तो कुछ एक संगतां नू असी जायज़ रेट के उत्ते दवाई नहीं दे सकते असी फ्री दे दिए तुहानू की इतराज़ है इसका क्यों भाई साहब तुसी 8 रुपए की दवाई देंगे तुम 8 भी ना लाओ तुम कौन रोकेगा इसका बिल्कुल मैं चाहता जी कि ये प्रॉब्लम सिर्फ उन्होंने है जिन्हें भी लुट खसुट का बंद हो रहा है जेडे सही चलते उन्होंने कोई प्रॉब्लम नहीं मैनू इन्ने दुकानदार दवाइया के दुकानदार जीरो के फोन आते हैं कि भाजी असं बड़े खुश कि यार असी बड़े चिर तो लड़ाई लड़ रहे पर साडे कंधियां दी कोई बात नहीं पुछदा सी सानू घर दे कहिंदे सी वी तूं बहुता साध बनिया फिरदा है तू 10 वाली चीज़ 15 दी वेची जाना कोई नहीं पुछदा लग्या रहा ते अज कहिंदे तुसी आवाज़ चक्की है जिहड़ी पूरे हिंदुस्तान च गूंजी है आल वर्ल्ड च गूंजी है सब तो बाद खुशी कहते मैं और भी मेरी तपस्या का मैं फल मिले हूँ सारे 10 वाली चीज़ 15 च वेचणगे वैसे कई फोन करते हैं जी तो मैं तो यही चाहता कि परमात्मा कृपा करे ऐसी सोच सब की बने आप रल के यार अपने पंजाब को तरक्की वाले पासे लैके चलीए कि दुनिया ये गल कवे कि जे कोई स्टेट देखी सूबा देखा तो वह पंजाब देख बहुत शुक्रिया जी कैमरामैन सनी के नाल बलविंदर सिंह पखों के PTN24 ਲਈ ਸਤਿ ਸ੍ਰੀ ਅਕਾਲ कैमरे अगे नहीं देखे वाहिगुरु जी का खालसा वाहिगुरु जी की फतेह जी सिख वैलफेयर कौंसल दे जिन्ने भी मैंबर जुड़े हुए ने लाइव देख रहे ने सारयां दा बहुत बहुत धन्नवाद ते तुहानू दस देने आ कि गुरु रामदास जी दी मेहर नाल अज ऐतवार जिवें कि तुहानू पता है श्री गुरु रामदास जी दे दर्शन करन दरबार साहब हर ऐतवार पहुँचीदा ते इत्थे जदों अज असी पहुँचे हाँ ते जदों इत्थे पहुँचे हाँ साडे वीर जिहड़े ने इन्हां ने सानू बुलाया सन्मानित कीता ते इन्हां वीरां दे दो शब्द जिहड़े सुन लैने आ फिर मैं बंद करदा जी लाइव हाँ जी बहुत शुक्रिया जी मैं बलविंदर सिंह पखों के PTN24 चैनल तो और अज सिख वैलफेयर कौंसल की जी टीम अज दरबार साहब नतमस्तक होने आई सी अज इन्हों का इतने माण सत्कार करके असी बड़ा माण महसूस कर रहे हैं गुरु नानक लंगर सेवा सोसायटी इंटरनेशनल वालों असी 25,000 रुपये की सेवा जी है सिख वैलफेयर कौंसल दी है ता कि होर बेहतर ढंग दवाइया की सेवा जी है संगत को यह प्रोवाइड कर सकन इन्हों किसी तरह की कोई दिक्कत ना आए तो साड़िया दुआवां साड़िया शुभ इच्छावां हमेशा तुहाडे नाल वाहेगुरु जी का खालसा वाहेगुरु जी की फतेह सो इत्थे इन्हां वीरां ने सन्मानित भी किया सेवा भी की है तो साथ देन दा जिहड़ा पूरा विश्वास दिता कि जिहड़ा साथ भी इन्हां वीरां वल्लों साडा पूरा सिख वैलफेयर कौंसल का गुरु नानक मोदी खाने का दिता जाएगा सो बहुत बहुत धन्यवाद सिख वैलफेयर कौंसल पेज ते जिन्ने भी मैंबर जुड़े आ देख रहे आ तुसी सपोर्ट करते हो देखते हो शेयर करते हो तुहाडे सारयां दा भी बहुत बहुत धन्यवाद ठीक है जी वाहेगुरु जी का खालसा वाहेगुरु जी की फतेह ਜਿਹੜਾ ਇਹ ਚੈਨਲ ਬੰਦ ਕਰਾਇਆ ਨਾ ਕੋਸ਼ਿਸ਼ ਕਰਨੀ ਕਿ ਜਿੰਨੀ ਸਾਰੇ ਇਕੱਠੇ ਹੋ ਕੇ ਪ੍ਰੈਸ ਕਰਕੇ ਤੋਂ ਚੈਨਲ ਚਲਵਾਈਏ
ਚੱਲ ਗਿਆ ਹੁਣ ਇਹਨਾਂ ਪਿੰਕੀ ਕੈਟ ਨੇ ਦਿੱਤਾ ਸੀ 1,70,000 ਰੁਪਇਆ ਵਕੀਲ ਨੂੰ ਘੁਮਾ ਕੇ ਸੱਚ ਪਾਤਸ਼ਾਹ ਨੇ ਅੱਜ ਬੜੀ ਬਖਸ਼ਿਸ਼ ਕੀਤੀ ਹੈ ਕਿ ਗੁਰੂ ਰਾਮਦਾਸ ਜੀ ਦੇ ਇਸ ਪੱਤਰ ਕਰਦੇ ਸੀ ਆਸ਼ਿਸ਼ ਕਰਕੇ ਸਾਨੂੰ ਦੇ ਬਹੁਤ ਸਾਰੇ ਜਿਹੜੇ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਸਨ ਅੱਜ ਉਹਨਾਂ ਦੇ ਵਿਅਕਤੀ ਹੋਏ ਨੇ ਵਾਜਬ ਰੇਟ ਦੇ ਉੱਤੇ ਉਹ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਨਾ ਕਿ ਪ੍ਰਿੰਟ ਰੇਟ ਦੇ ਉੱਤੇ ਪੂਰੀ ਇਹਨਾਂ ਵੀ ਇਸ ਵਕਤ ਪੂਰੇ ਹਿੰਦੁਸਤਾਨ 'ਚ ਤਹਿਲਕਾ ਮੱਚਿਆ ਪਿਆ ਔਰ ਫਾਰਮਾਸਿਟੀਕਲ ਕੰਪਨੀਆਂ ਜਿਹੜੀਆਂ ਨੇ ਉਹ ਚਿੰਤਾ ਦੇ ਵਿੱਚ ਇਸ ਵਕਤ ਪਈਆਂ ਨੇ ਵੀ ਇਹ ਕੀ ਕਰ ਦਿੱਤਾ ਸਿੱਖ ਵੈਲਫੇਅਰ ਕੌਂਸਲ ਵਾਲੇ ਔਰ ਬਹੁਤ ਵਧੀਆ ਕੰਮ ਕਰ ਰਹੇ ਨੇ ਅੱਜ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਨੰਬਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਤੋਂ ਸਾਡੀ ਸੰਸਥਾ ਅੱਜ ਅਸੀਂ 25,000 ਰੁਪਏ ਦੀ ਕੁਛ ਵੀ ਭੇਟਾ ਇਸ ਸਿੱਖ ਵੈਲਫੇਅਰ ਕੌਂਸਲ ਦੇ ਹਵਾਲੇ ਕਰ ਰਹੇ ਹਾਂ ਬਾਕੀ ਜਿਹੜਾ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਪੰਜਾਬ ਬਿਮਾਰ ਕਰ ਦਿੱਤਾ ਇਹਨਾਂ ਬਿਮਾਰ ਮਾਨਸਿਕਤਾ ਵਾਲੇ ਸਾਡੇ ਲੀਡਰਾਂ ਨੇ ਅਤੇ ਅੱਜ ਬਹੁਤ ਲੋੜ ਆ ਉਹਨਾਂ ਨੂੰ ਦਵਾਈਆਂ ਦੀ ਦਵਾਈਆਂ ਦੇ ਲੰਗਰਾਂ ਦੀ ਅਤੇ ਇਹ ਬਹੁਤ ਵੱਡਾ ਕੰਮ ਕਰ ਰਹੇ ਨੇ ਬਿਲਕੁਲ ਜੈਨੂਇਨ ਰੇਟ ਦੇ ਉੱਤੇ ਗੌਰਮੈਂਟ ਲਈ ਭਾਈ ਸਾਹਿਬ ਵਾਲੀ ਗੱਲ ਕਰਾਂਗੇ ਭਾਈ ਸਾਹਿਬ ਦੀ ਵਾਹਿਗੁਰੂ ਜੀ ਦਾ ਸੰਸਥਾ ਵਾਲੇ ਭਾਈ ਸਾਹਿਬ ਬੜਾ ਵਿਚਿੱਤਰ ਅਤੇ ਜਿਵੇਂ ਕਹਿੰਦੇ ਨੇ ਵੀ ਚੜ੍ਹਦੇ ਪਾਣੀ ਨੂੰ ਜਾਣ ਵਾਲਾ ਕੰਮ ਕੀਤਾ ਅਤੇ ਚੁੱਪ ਕਰਕੇ ਕੋਈ ਬਾਰਗੇਨਿੰਗ ਨਹੀਂ ਕਰਦਾ ਕੋਈ ਗਰੀਬ ਆ ਚਾਹੇ ਅਮੀਰ ਆ ਕਿੰਨੇ ਪੈਸੇ ਜੀ ਆ 10,000 ਬਣ ਗਿਆ ਦਵਾਈਆਂ ਦਾ ਆਹ ਤੁਹਾਡੀ 5,000 ਦਾ ਟੀਕਾ ਹੈ ਆਹ ਤੁਹਾਡਾ 2,500 ਦਾ ਟੀਕਾ ਹੈ ਹਾਂਜੀ ਅਤੇ ਇਹ ਕੋਈ ਬਾਰਗੇਨਿੰਗ ਨਹੀਂ ਕਰਨ ਦੇ ਬਾਵਜੂਦ ਤੁਸੀਂ 100 ਰੁਪਏ ਵਾਲੀ ਦਵਾਈ 8 ਰੁਪਏ 'ਚ ਦੇ ਰਹੇ ਹੋ ਇਹ ਕੀ ਕਿੱਦਾਂ ਪੋਸੀਬਲ ਹੈ ਪਹਿਲੀ ਗੱਲ ਹੈ ਜੀ ਗੁਰੂ ਨਾਨਕ ਸਾਹਿਬ ਜੀ 13-13 ਅਲੱਗ ਅਲੱਗ ਸੰਦੇਸ਼ ਸੀ ਅਸੀਂ ਤਾਂ ਸਿਰਫ ਯਤਨ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੇ ਦਿੱਤੇ ਸੰਦੇਸ਼ 'ਤੇ ਪਹਿਲੀ ਹੋਵੇਗੀ ਸੋ ਜਿਹੜੀ ਗੱਲ ਦਵਾਈਆਂ ਦੀ ਤੁਸੀਂ ਕੀਤੀ ਵੀ ਕਿੱਦਾਂ ਪੋਸੀਬਲ ਹੈ ਇਹ ਬਾਬੇ ਨਾਨਕ ਦਾ ਪਤਾ ਇੱਥੇ ਕਿਸੇ ਗੱਲ ਦੀ ਕਮੀ ਨਹੀਂ ਔਰ ਸੱਚ ਜਾਣਿਓ ਅੱਜ ਪੰਜਾਬ ਤਾਂ ਸਾਡਾ ਵੈਸੇ ਹੀ ਬਹੁਤ ਅਮੀਰ ਹੈ ਗੁਰੂਆਂ ਪੀਰਾਂ ਦੀ ਸਾਡਿਆਂ ਦੀ ਸਿਰਫ ਗੱਲ ਇਹ ਹੈ ਕਿ ਇੱਥੇ ਸਭ ਕੁਛ ਹੈਗਾ ਪਰ ਇੱਕ ਚੀਜ਼ ਨਹੀਂ ਉਹ ਹੈਗੀ ਮੀਰ ਸਾਡੇ ਡਰੱਗ ਸਟੋਰ ਚਲਾਉਣ ਵਾਲੇ ਵੀਰਾਂ ਦੀ ਨੀਅਤ ਦੇ ਵਿੱਚ ਹੇਰ ਫੇਰ ਆ ਕਿਉਂਕਿ ਦਵਾਈ ਕੰਪਨੀਆਂ ਨੇ ਐਸੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਐਸੀਆਂ ਗੁੱਝੀਆਂ ਭੇਦ ਉਹਨਾਂ ਨੂੰ ਦੇ ਦਿੱਤੇ ਆ ਹੁਣ 10 ਰੁਪਏ ਵਾਲੀ ਚੀਜ਼ ਨੂੰ ਤੁਸੀਂ 150 ਰੁਪਏ ਰੇਟ ਲਾ ਦਿਓਗੇ ਅਤੇ ਲਾਲਚ ਕੀ ਨਹੀਂ ਆ ਅੱਜ ਪਤਾ ਕੀ ਹੈ ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਲੋਕਾਂ ਨੂੰ ਵੱਧ ਹਰ ਬੰਦਾ ਬੇਰੁਜ਼ਗਾਰ ਹਰ ਬੰਦੇ ਦਾ ਕੰਮ ਨਹੀਂ ਚੱਲ ਰਿਹਾ ਹੁਣ ਤਾਂ ਵੈਸੇ ਮਹਾਂਮਾਰੀ ਫੈਲੀ ਹੈ ਅਤੇ ਹਰ ਬੰਦਾ ਸੋਚਦਾ ਵੀ 4 ਪੈਸੇ ਜੋੜ ਲਵਾਂ ਪਰ ਮੈਂ ਇਹ ਹੀ ਕਹਿੰਦਾ ਵੀ ਉਹ ਬੰਦਾ ਹਰ ਬੰਦਾ ਇਹ ਕਹਿੰਦਾ ਵੀ ਯਾਰ ਅੱਜ ਮਹਾਂਮਾਰੀ ਹੈ ਕੱਲ੍ਹ ਨੂੰ ਪਤਾ ਨਹੀਂ ਕਿਹੜਾ ਵੇਲਾ ਆ ਜਾਣਾ ਮੇਰੇ 'ਤੇ